बिस्मिल्लाहिर्रहमानिर्रहीम। मलक अमजद पाकिस्तान पंजाब गुजरात से। जनाब ये हमारे दोस्त हैं मैर रियाज साहब, इनकी छत है, इनके कबूतरों का आपको शौक करवा रहे हैं। माशाल्लाह अभी अस्सों की तैयारी है तो माशाल्लाह अच्छे कबूतर तैयार किए हैं मैर साहब ने। अगर आओ जी तुसी गल सुनाओ कोई दोस्तान चैनल तो वीडियो स्टार्ट नहीं। जी आलम साहब क्या हाल है? जी रियाज साहब कितनी देर होगी तो शौक कर दें? शौक तो आज ही बचपन का ही है माशाल्लाह, तकरीबन 8-9 साल की उम्र के जो शौक से ते तकरीबन तुहानू इस टाइम मतलब इन्नी इतना टाइम गुजरने तो बाद केड़िया कबूतरों का तुहानू ज़्यादा मज़ा आया कि दोस्तों ने इलम च हो कि तुसी केड़े कबूतर जड़े ने इन्हों का अच्छा रिजल्ट है और तुसी वो कबूतर क्यों रखे ने? ਸਾਡੇ ਸਾਡੇ ਕੋਲ ਮਾਸ਼ਾਅੱਲਾ ਬਟੇਰੇ ਕਬੂਤਰ ਨੇ ਬਹੁਤ ਅੱਛੇ ਨੇ, ਉਹਨਾਂ ਦਾ ਅੱਜ ਤੱਕ ਕਦੀ ਬੱਚਾ ਜਾਇਆ ਨਹੀਂ ਹੋਇਆ, ਹਰ ਮੌਸਮ ਦੇ ਵਿੱਚ ਘਰ ਆਇਆ। ਜੀ ਜੀ ਤੁਹਾਨੂੰ ਲਿਖਾਏ ਨੇ ਅੱਗੇ ਇਹ ਉਹ 1.5 ਸਾਲ ਕਦੀ ਵਾਪਸ ਆ ਜਾਂਦੇ ਨੇ ਉਹਦੇ ਪੱਠੀਆਂ ਪੱਠੇ। ਜੀ ਜੀ ਬਹੁਤ ਅੱਛਾ ਰਿਜ਼ਲਟ ਹੈ, ਮਤਲਬ ਸਿਆਲਕੋਟੀ ਬਟੇਰੇ ਜਿਹੜੇ ਨੇ ਇਹਨਾਂ ਦਾ ਅੱਛਾ ਰਿਜ਼ਲਟ ਹੈ ਤੁਹਾਡੇ ਕੋਲ? ਬਹੁਤ ਅੱਛੇ ਨੇ ਉਹਦੇ। ਜੀ ਜੀ ਅਤੇ ਬਾਕੀ ਉਸਤਾਦ ਜੀ ਤੁਸੀਂ ਖੁਰਾਕ ਜਿਹੜੀ ਇਹ ਬਾਜ਼ੀ ਤੋਂ ਪਹਿਲਾਂ ਕਿੰਨੀ ਦੇਰ ਪਹਿਲਾਂ ਸ਼ੁਰੂ ਕਰਦੇ ਹੋ? ਬਾਜ਼ੀ ਤਾਂ ਤਕਰੀਬਨ 20 ਦਿਨ ਪਹਿਲੇ, 25 ਦਿਨ ਪਹਿਲੇ। ਅਤੇ ਮਤਲਬ ਜਦੋਂ ਤੁਸੀਂ ਕਬੂਤਰ ਬਾਜ਼ੀ ਜਿਹੜਾਉਂਦੇ ਹੋ ਤਾਂ ਨੁਸਖਾ ਵਗੈਰਾ ਲਾਉਂਦੇ ਹੋ ਜਾਂ ਉਸੇ ਖੁਰਾਕ 'ਤੇ ਹੀ ਉੱਡਦੇ ਨੇ? ਨਹੀਂ, ਅਗਰ ਜ਼ਰੂਰਤ ਪਏ ਤਾਂ ਫਿਰ ਲਾ ਵੀ ਲੈ ਲੈਂਦੇ ਤਾਂ ਖੁਰਾਕ 'ਤੇ ਹੀ ਕੰਮ ਚੱਲ ਜਾਂਦਾ ਵੇ। ਠੀਕ ਹੈ, ਹਾਂਜੀ। ਤਾਂ ਮਿੱਠੂ ਸਾਡਾ ਦੋਸਤ ਹੈ, ਮਿੱਠੂ ਇੱਧਰ ਆ ਯਾਰ। ਜੀ ਸਾਹ ਜੀ। ਅਤੇ ਕੀ ਤੇਰਾ ਖਿਆਲ ਹੈ? ਸਾਹ ਜੀ ਜਾਨਵਰ ਖੁਰਾਕ ਜਿਹੜਾ ਨਾ ਮੰਗਦਾ ਕਬੂਤਰ। ਜੀ ਜੀ। ਜਿਸ ਕਬੂਤਰ ਨੂੰ ਤੁਸੀਂ ਖੁਰਾਕ ਅੱਛੀ ਦੇਣੀ ਹੈ ਉਹਨੇ ਤੁਹਾਨੂੰ ਅੱਛੀ ਉਡਾਰ ਦੇਣੀ ਹੈ। ਠੀਕ ਹੈ। ਅਤੇ ਉਡਾਰ ਜਿਹੜੀ ਨਾ ਉਹ ਖੁਰਾਕ ਦੇ ਸਿਰ 'ਤੇ ਹੁੰਦੀ ਹੈ। ਜੀ ਠੀਕ ਹੈ। ਕਬੂਤਰ ਦੀ ਤੁਸੀਂ ਅੱਛੀ ਸਾਂਭ ਕਰੋ ਮਾਸ਼ਾਅੱਲਾ ਤੁਹਾਨੂੰ ਕਬੂਤਰ ਅੱਛਾ ਉੱਡ ਕੇ ਦੱਸੇਗਾ। ਜੀ ਜੀ। ਕਈ ਬੰਦੇ ਨੇ ਉਹ ਕਬੂਤਰਾਂ ਨੂੰ ਖੁਰਾਕ ਨਹੀਂ ਦਿੰਦੇ, ਉਹ ਇਸ ਤਰ੍ਹਾਂ ਹੀ ਬੇਤੁੱਕਾ ਉਡਾ ਖੜਦੇ ਨੇ। ਜੀ ਜੀ। ਉਹ ਦੋ ਉਡਾਰਾਂ ਦਿੰਦੇ ਨੇ, ਤੀਸਰੀ ਉਡਾਰ 'ਤੇ ਕਬੂਤਰ ਬਾਹਰ ਰਹਿ ਜਾਂਦਾ ਜਾਂ ਕਿਤੇ ਵਿਚਾਰਾ ਰਹਿ ਜਾਂਦਾ, ਨਹੀਂ ਉਹਦੇ ਕੋਲ ਬੈਠਾ ਜਾਂਦਾ। ਹਾਂ ਜੀ। ਅਤੇ ਬਕਾਇਦਾ ਇਨਸ਼ਾਅੱਲਾ ਨਹੀਂ, ਤੁਸੀਂ ਆਪਣਾ ਜਿਹੜਾ ਤੁਹਾਡਾ ਇੰਡੀਅਨ ਦਬਾਜ਼ ਉਹਦੇ ਬਾਰੇ ਤੁਸੀਂ ਦੋਸਤਾਂ ਨੂੰ ਦੱਸੋ ਨਾ ਉਹਦੇ ਬਾਰੇ। ਸਾਡੇ ਕੋਲ ਮਾਸ਼ਾਅੱਲਾ ਸਾਡੇ ਕੋਲ ਆਪਣਾ ਕੋਰ ਕਮਾਂਡਰ ਕਬੂਤਰ ਹੈ ਮੈਂ ਰਿਆਜ਼ ਸਾਹਿਬ ਦੇ ਕੋਲ ਜੋੜਾ ਆਇਆ ਦਾ ਵੀ ਮਾਸ਼ਾਅੱਲਾ। ਜੀ ਜੀ। ਇਹਨਾਂ ਦਾ ਅੱਛਾ ਜੋੜਾ ਹੈ, ਉਹ ਅੱਛੇ ਬੱਚੇ ਉਡਾਉਂਦਾ ਉਹ ਔਰ ਬਹੁਤ ਨਿਆਬ ਜੋੜਾ। ਜੀ ਜੀ। ਮਹਿਰ ਸਾਹਿਬ ਅੱਗੋਂ ਜਨਾਬ ਉਹਨਾਂ ਦੇ ਪੱਠੀਆਂ ਪੱਠੇ ਉਡਾਉਂਦੇ ਆ ਪੇ, ਸ਼ੌਕ ਕਰਦੇ ਆ। ਮਹਿਰ ਸਾਹਿਬ ਜੀ ਸਾਹਿਬ, ਮਤਲਬ ਇਹ ਵੀਡੀਓ ਅਸੀਂ ਵਰਲਡ ਲੈਵਲ 'ਤੇ ਚਲਾਉਣੀ ਹੈ ਅਤੇ ਤੁਸੀਂ ਇਹ ਦੱਸੋ ਕਿ ਕਬੂਤਰਬਾਜ਼ ਦੋਸਤਾਂ ਨੂੰ ਕੋਈ ਐਸਾ ਪੈਗਾਮ ਜਿਹੜਾ ਕਬੂਤਰਬਾਜ਼ ਦੋਸਤ ਉਹਦੇ 'ਤੇ ਅਮਲ ਕਰਕੇ ਅਤੇ ਬਾਕੀ ਦੋਸਤਾਂ ਦਾ ਵੀ ਫਾਇਦਾ ਹੋਵੇ। ਬਿਲਕੁਲ ਠੀਕ ਗੱਲ। ਅੱਜ ਸ਼ੌਕ ਜਿਹਦਾ ਪਿਆਰ ਮੁਹੱਬਤ ਦਾ ਸ਼ੌਕ ਕਰਨਾ ਚਾਹੀਦਾ, ਪਿਆਰ ਨਾਲ ਜਿਹਦਾ ਕਬੂਤਰ ਫਸਦੇ ਉਹਦਾ ਵਾਪਸ ਕਰੋ। ਠੀਕ ਹੈ ਠੀਕ ਹੈ। ਅਗਰ ਮੌਸਮ ਅੱਜ ਵੀ ਮੌਸਮ ਖਰਾਬ ਸੀ, ਕਬੂਤਰ ਲੋਕਾਂ ਦਾ ਕਾਫੀ ਜ਼ਾਇਆ ਹੋਏ ਨੇ। ਜੀ ਜੀ। ਅਗਰ ਕਦੀ ਵਾਲਾ ਕਿਸੇ ਦਾ ਫਸਦੇ ਤਾਂ ਉਹਨੂੰ ਫੋਨ ਕਰਕੇ ਕਹੋ ਯਾਰ ਆਪਣਾ ਕਬੂਤਰ ਲੈ ਜਾ ਕੇ। ਠੀਕ ਹੈ। ਵਧੀਆ ਗੱਲ ਹੈ ਕਿ ਇਹਦੀ ਮਿਹਨਤ ਜ਼ਾਇਆ ਨਾ ਹੋਏ। ਠੀਕ ਹੈ ਠੀਕ ਆ। ਕਬੂਤਰ ਪਤਾ ਨਾ ਫੋਨ ਕੀਤਾ ਕਿ ਭਾਅ ਜੀ ਜਿਹਦਾ ਆ ਵੀ ਲਾਈਓ ਆ ਕੇ। ਮਤਲਬ ਤੁਸੀਂ ਤੁਹਾਡੇ ਕੋਲ ਕਬੂਤਰ ਆਇਆ, ਤੁਸੀਂ ਉਹਨੂੰ ਫੌਰਨ ਫੋਨ ਕੀਤਾ ਯਾਰ ਜਿਹਦਾ ਕਬੂਤਰ ਆਇਆ ਲੈ ਕੇ ਕਿ ਭਾਅ ਜੀ ਤੁਹਾਡਾ ਜਨਮ ਪੜਿਆ। ਜੀ ਜੀ। ਤੇ ਆ ਕੇ ਤੁਸੀਂ ਕਰ ਸਕਦੇ ਹੋ। तीन बार वाले पर चलो जी माशाल्लाह अच्छा कबूतर, अल्लाह करे कि जिधर आए उधर तक पहुंच जाए। ठीक है जनाब। ठीक है जनाब, इस इस ए नाल इजाजत चाहना। ठीक है जनाब, शाम का टाइम है, हुण कबूतर बैठने का टाइम है तो मैं इन्हां दी छत दा तकरीबन तुहानूं शौक करवा रहा। माशाल्लाह मेहर साहब ने काफ़ी खुली छत बनाई है। ठीक है जनाब, अल्लाह हाफिज़।